ਕਹਾਣੀਕਾਰ ਅਗਾਜ਼ਬੀਰ ਕਹਾਣੀ ਹੈ ਬੰਦ ਦਰਵਾਜ਼ਾ ਜਨਾਨੀਆਂ ਤਾਂ ਤਿੰਨ ਪੱਪਿਆਂ ਨੇ ਮਾਰ ਰੱਖੀਆਂ ਨੇ ਤਿੰਨ ਪੱਪੇ ਪਿਓ ਪਤੀ ਤੇ ਪੁੱਤ ਮੈਂ ਇਹਨਾਂ ਤਿੰਨ ਪੱਪਿਆਂ ਤੋਂ ਖੁਸ਼ ਹੋਈ ਤਾਂ ਚੌਥਾ ਪੱਪਾ ਪਾਰੇ ਵਾਂਗ ਟੈੱਕੇ ਬੈਠਣ ਨਹੀਂ ਦਿੰਦਾ ਮੈਨੂੰ ਚਾਰੇ ਪੈਰ ਵਿੱਛੂ ਵਾਂਗ ਡੰਗ ਮਾਰੀ ਰੱਖਦਾ ਹੈ ਚੌਥਾ ਪੱਪਾ ਹੈ ਪੰਚਾਇਤ ਪੱਕੀ ਫਸਲ ਜਿਵੇਂ ਗੜਿਆਂ ਨੇ ਝੰਬੀ ਹੋਵੇ ਇਹ ਇੰਜ ਮੇਰਾ ਨੁਕਸਾਨ ਕਰ ਜਾਂਦੀ ਏ ਸ਼ਿਕਵੇ ਸ਼ਿਕਾਇਤਾਂ ਤਾਨੇ ਮੇਨੇ ਸਭ ਸੁਣਨਾ ਪੈਂਦਾ ਹੈ ਪੰਚਾਇਤ ਤੋਂ ਇਹ ਹਰ ਰੋਜ਼ ਫੋਕੀ ਤਰਵਾਸੀ ਦਿੰਦੀ ਏ ਤੇ ਮੇਰੇ ਘਰ ਅਹਿਮਦ ਸ਼ਾਹ ਅਫਦਾਲੀ ਦੀ ਫੌਜ ਬਾੰਗ ਹਮਲੇ ਕਰਦੀ ਰਹਿੰਦੀ ਹੈ ਪੰਚਾਇਤ ਵਿੱਚ ਕਈ ਸਿਆਣੇ ਬਣਦੇ ਨੇ ਮਹਾਰਾਜਾ ਰਣਜੀਤ ਸਿੰਘ ਬਾੰਗ ਟਿਕ ਟਿੱਕੀ ਲਾ ਕੇ ਘੋੜ ਨਾਲ ਸਿਰਫ ਸੁਣਦੀ ਰਹਿੰਦੀ ਹਾਂ ਪੰਚਾਇਤ ਦੀ ਬੋਲੀ ਮੈਨੂੰ ਸਭ ਪਤਾ ਲੱਗਦਾ ਹੈ ਕੌਣ ਮੇਰੇ ਪੱਖ ਵਿੱਚ ਹੈ ਕਿਹੜਾ ਸੁਭਾਈ ਕੀ ਆਇਆ ਹੈ ਪਰ ਅੱਜ ਜਦੋਂ ਦਾ ਨਰੰਜਣ ਕੁੱਬਿਆਂ ਦਾ ਬਾਹਾਂ ਉਲਾਰ ਕੇ ਕਹਿ ਗਿਆ ਉਦੋਂ ਤੋਂ ਘੁੰਮਣ ਘੇਰੀਆਂ ਵਿੱਚ ਫਸ ਗਈ ਹਾਂ ਉਸ ਨੇ ਲੰਮੀ ਰਾੜ ਬਗੜ ਲਈ ਹੁਣ ਤਾਂ ਪਾਈ ਤੈਨੂੰ ਬਚਾਉਣ ਵਾਲਾ ਵੀ ਨਹੀਂ ਰਿਹਾ ਜਿਹੜਾ ਮਰਜੀ ਛਾਂਗ ਕੇ ਤੁਰਦਾ ਬਣੇ ਕੱਲੀ ਜਨਾਨੀ ਤਾਂ ਰੋਹੀ ਦਾ ਰੋਖ ਹੁੰਦੀ ਹੈ ਸਮਝਦੀ ਐ ਨਾ ਮੇਰੀ ਸਾਰੀ ਗੱਲ ਕਿਰਨਾ ਉਹ ਕੁਨੱਖੀ ਅੱਖ ਨਾਲ ਝਾਕਦਾ ਹੋਇਆ ਆਪਣੀ ਗੱਲ ਕਹਿੰਦਾ ਹੈ ਅਸੀ ਤਾਂ ਬੀਬੀ ਤੈਨੂੰ ਸਮਝਾਉਣਾ ਅੱਗੇ ਮੰਨਣਾ ਜਾਂ ਨਾ ਮੰਨਣਾ ਬਾਕੀ ਤੇਰੀ ਮਰਜ਼ੀ ਹੈ ਨਰੰજન ਕਦੇ ਮੈਨੂੰ ਭਾਈ ਬੀਬੀ ਤੇ ਕਦੇ ਨਾਂ ਨਾਲ ਸਮਝਾਉਂਦਾ ਰਿਹਾ ਪਰ ਮੈਂ ਸ਼ਾਂਤ ਚਿੱਤ ਤੇ ਸਹਿਜ ਹੋ ਕੇ ਸਾਰੀ ਗੱਲ ਸੁਣ ਲਈ ਸੀ ਸੁਣੀ ਤਾਂ ਮੈਂ ਪ੍ਰਗਟ ਮੈਂਬਰ ਦੀ ਵੀ ਸੀ ਜੋ ਆਪਣੇ ਆਪ ਨੂੰ ਪਿੰਡ ਦਾ ਸਿਰ ਕੱਢ ਆਗੂ ਸਮਝਦਾ ਹੈ ਉਸ ਨੂੰ ਇੰਜ ਲੱਗਦਾ ਹੈ ਕਿ ਮੇਰੇ ਵਰਗਾ ਸਿਆਣਾ ਤੇ ਸੁਗੜ ਹੋਰ ਕੋਈ ਨਹੀਂ ਆ ਪਿੰਡ 'ਚ ਉਹ ਵੀ ਅੱਜ ਪੰਚਾਇਤ ਨਾਲ ਆਇਆ ਉਸ ਦੇ ਕਹਿਣ ਮੁਤਾਬਕ ਤੂੰ ਸਾਡੀ ਧੀ ਐ ਜੇ ਅਸੀਂ ਨਹੀਂ ਤੇਰਾ ਸੋਚਾਂਗੇ ਤਾਂ ਹੋਰ ਕੌਣ ਸੋਚੂਗਾ ਤੇਰਾ ਉਸ ਦਾ ਮਤ ਸੀ ਕਿ ਇੱਜ਼ਤ ਵੀ ਰਹਿ ਜਾਏ ਤੇ ਤੇਰਾ ਘਰ ਵੀ ਵਸਦਾ ਰਹੇ ਉਸ ਦੇ ਬੋਲ ਸੱਪ ਦੀ ਜ਼ਹਿਰ ਵਾਂਗ ਜ਼ਹਿਰੀਲੇ ਸਨ ਸੁਣਨ ਸਾਰ ਮੇਰੇ ਸੱਤੇ ਕੱਪੜੇ ਅੱਗ ਲੱਗੇ ਪਰ ਮੈਂ ਗੁੱਸੇ ਤੇ ਕਾਬੂ ਰੱਖ ਕੇ ਚੁੱਪ ਰਹਿਣ ਵਿੱਚ ਹੀ ਭਲਾਈ ਸਮਝੀ ਡੀਕ ਲਾ ਕੇ ਚੜਿਆ ਹੋਇਆ ਗੁੱਸਾ ਪੀ ਗਈ ਪਰ ਕਦੇਕਦਾਈਂ ਪ੍ਰਗਟ ਮੈਂਬਰ ਦੇ ਬੋਲ ਇੱਜ਼ਤ ਰਹਿ ਜਾਏ ਮੇਰੀ ਕੰਪਨ ਗਤੀ ਨੂੰ ਹੋਰ ਤੇਜ਼ੀ ਨਾਲ ਵਧਾ ਦਿੰਦੇ ਨੇ ਮੈਨੂੰ ਪਤਾ ਲੱਗਾ ਕਿ ਮੇਰੀਆਂ ਇੱਜ਼ਤਾਂ ਪਰਖਣ ਵਾਲਾ ਪ੍ਰਗਟ ਮੈਂਬਰ ਆਪ ਦੀ ਇੱਜ਼ਤ ਅ 6 ਕੁ ਮਹੀਨੇ ਪਹਿਲਾਂ ਹੀ ਗਵਾ ਚੁੱਕਾ ਸੀ ਲੱਖ ਲਾਣਤਾ ਨੇ ਅਜਿਹੇ ਮੈਂਬਰਾਂ ਤੇ ਉਸ ਸਮੇਂ ਮੈਨੂੰ ਮਤਾਂ ਦੇਣ ਵਾਲਾ ਵੱਡਾ ਨਾਡੂਖਾ ਮੈਂਬਰ ਕੁਝ ਨਹੀਂ ਸੀ ਕਰ ਸਕਿਆ ਜਦੋਂ ਉਸ ਦੀ ਆਪਣੀ ਭਤੀਜੀ ਪਟਿਆਲੇ ਆਇਲਟਸ ਕਰਦੀ ਨੇ ਕੋਟ ਜਾ ਕੇ ਵਿਆਹ ਕਰਵਾ ਲਿਆ ਸੀ ਇਹ ਸਾਰੇ ਮੈਂਬਰ ਸਰਪੰਚ ਤੇ ਖੜਪੈਂਚ ਕਿਸੇ ਦੂਸਰੇ ਘਰ ਸੂਈ ਡਿੱਗਣ ਦੇ ਹੋਏ ਖੜਾਕ ਦੀ ਬਿੜਕ ਰੱਖਦੇ ਨੇ ਪਰ ਇਹਨਾਂ ਨੂੰ ਆਪ ਦੇ ਘਰ ਢੋਲ ਵੱਜਦੇ ਨਹੀਂ ਸੁਣਦੇ ਮੈਂ ਤਾਂਤੇ ਕੱਢਿਆ ਕਿ ਲੋਚਿਆਂ ਦੇ ਸਰਦਾਰ ਤੇ ਲਫੰਗੇ ਮੈਂਬਰ ਸਰਪੰਚ ਬਣਦੇ ਨੇ ਅਕਸਰ ਕਬੀਲਦਾਰ ਅਤੇ ਸਿਆਣੇ ਬੰਦੇ ਦੂਰ ਹੀ ਰਹਿੰਦੇ ਨੇ ਮੈਂਬਰੀ ਅਤੇ ਸਰਪੰਚੀ ਤੋਂ ਇਹਨਾਂ ਨੂੰ ਕਿਸੇ ਨੂੰ ਵੀ ਬੋਲਣਾ ਨਹੀਂ ਆਉਂਦਾ ਸਭ ਅੱਖਾਂ ਤੱਤੀਆਂ ਕਰਨ ਦੇ ਮਾਰੇ ਆਉਂਦੇ ਨੇ ਇਕੱਠ ਵਿੱਚ ਭੈਣ ਜੀ ਭੈਣ ਜੀ ਕਹੀ ਜਾਂਦੇ ਆ ਤੇ ਬਾਅਦ ਵਿੱਚ ਭੈਣ ਤੋਂ ਭਾਬੀ ਬਦਲਣ ਲੱਗਿਆ ਇਹੀ ਬੰਦੇ ਸਮਾਂ ਨਹੀਂ ਲਾਉਂਦੇ ਪੁਲਸ ਵਾਂਗ ਛਾਪੇ ਮਾਰਦੇ ਨੇ ਸਾਡੇ ਪਿੰਡ ਵਾਲੇ ਇਹਨਾਂ ਸਾਹਮਣੇ ਮੈਨੂੰ ਸਭ ਕੁਝ ਸਹਿਣਾ ਪਿਆ ਤੇ ਹੋਰ ਬਹੁਤ ਕੁਝ ਵੀ ਮੈਂ ਵੇਖਣਾ ਤੇ ਬੁਲਾਉਣਾ ਪਸੰਦ ਵੀ ਨਹੀਂ ਕਰਦੀ ਜਿਨ੍ਹਾਂ ਦੀਆਂ ਸ਼ਕਲਾਂ ਰਾਵਣ ਨਾਲੋਂ ਵੀ ਪਿਆੜੀਆਂ ਨੇ ਸਾਰੇ ਮੋਤਵਾਰ ਬੰਦਿਆਂ ਨੂੰ ਭੇਜਦਾ ਸੀ ਮੇਰਾ ਤਾਇਆ ਸੋਹਰਾ ਵੇਦਨਾਥ ਵੇਦਾ ਜੋ ਇਕੱਠੇ ਹੋ ਕੇ ਸ਼ੁਰਲੀਆਂ ਛੱਡਦੇ ਜਣਾ ਖਣਾ ਹੁਣ ਸਾਡੇ ਘਰ ਆ ਤਮਕਦਾ ਸਕੀਮਾਂ ਤੇ ਕੌਣ ਤਰ੍ਹਾਂ ਚ ਮਾਹਰ ਹਰ ਵੇਲੇ ਬੇਈਮਾਨੀ ਤੇ ਚੋਰੀ ਦੀ ਖੱਟੀ ਖਾਣ ਵਾਲਾ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਚ ਬਦਲ ਦਿੰਦਾ ਅਜਿਹੇ ਬੰਦਿਆਂ ਬਾਰੇ ਅਕਸਰ ਕਿਹਾ ਜਾਂਦਾ ਕਿ ਇਸ ਦੇ ਇੱਕ ਨੇ ਚਾਰ ਹੜ ਚਲਦੇ ਆ ਤਾਇਆ ਵੇਦਾ ਬਣਦਾ ਚਲਾ ਕੀ ਆ ਪਰ ਹੈ ਉਹ ਸਿਰੇ ਦਾ ਨੰਗ ਪੰਚਾਇਤ ਉਹਦੀ ਹਾਂ ਵਿੱਚ ਹਾਂ ਮਣਾਉਂਦੀ ਨਹੀਂ ਥੱਕਦੀ ਵੇਦੇ ਦੇ ਚਾਰ ਪੁੱਤ ਨੇ ਤੇ ਸਾਰੇ ਅਮਰੀਕੀ ਠੱਠੇ ਇਹਨਾਂ ਦੀ ਰਗ ਰਗ ਤੋਂ ਜਾਣੂ ਆ ਜਦੋਂ ਦੀ ਮੈਂ ਵਿਆਹ ਕੇ ਆਈ ਆ ਵੱਡਾ ਮੁੰਡਾ ਏਡਸ ਦੀ ਮੌਤ ਮਰਿਆ ਜਿਹੜਾ ਛੜਾ ਤੇ ਟਰੱਕ ਡਰਾਈਵਰ ਸੀ ਦੂਜਾ ਪੁੱਤ ਕਿੰਦੀ ਚੋਰੀਆਂ ਬਦਮਾਸ਼ੀਆਂ ਕਰਦਾ ਰਹਿੰਦਾ ਸੀ ਤੇ ਸੁਣਨ ਚ ਆਇਆ ਕਿ ਪਾਕਿਸਤਾਨ ਜੇਲ੍ਹ ਚ ਬੰਦ ਆ ਹਥਿਆਰਾਂ ਦੀ ਸਮਗਲਿੰਗ ਦੇ ਕੇਸ ਵਿੱਚ ਪੁਲਿਸ ਉਸ ਨੂੰ ਫੰਡ ਲਈ ਘਰੇ ਗੇੜੇ ਮਾਰਦੀ ਰਹਿੰਦੀ ਐ ਤੀਜਾ ਮੁੰਡਾ ਕਾਲੀ ਐਕਸੀਡੈਂਟ ਵਿੱਚ ਲੱਤਾਂ ਤੜਵਾ ਕੇ ਘਰੇ ਮੰਜੇ ਤੇ ਪਿਆ ਇੱਕ ਗੇਜਾ ਹੀ ਐ ਜੋ ਲੋਕਾਂ ਦੇ ਜਾ ਕੇ ਦਿਹਾੜੀਆਂ ਕਰਦਾ ਜਿਸ ਤੇ ਸਿਰ ਤੇ ਸਾਰਾ ਕੰਮ ਚੱਲਦਾ ਐ ਤਾਇਆ ਵੇਦਾ ਜ਼ਮੀਨ ਹਥਿਆਉਣ ਲਈ ਹਰ ਪੈੰਤੜਾ ਅਤੇ ਸਕੀਮ ਵਰਤਦਾ ਜਿਵੇਂ ਕਿਰਨਾ ਗੇਜੇ ਦੇ ਬਹਿ ਜਾਏ ਤੇ ਮੇਰੇ ਹਿੱਸੇ ਆਉਂਦੀ ਪੰਜ ਕਿੱਲੇ ਪੈੜੀ ਵੀ ਉਹਨੂੰ ਮਿਲ ਜਾਵੇ ਰਜ਼ਾ ਮਾਲਕ ਦੀ ਚ ਰਹੀਏ ਮੈਂ ਆਪਣੀਆਂ ਪਰੰਪਰਾਵਾਂ ਦਾ ਪਾਲਣ ਤੇ ਸਬਰ ਕਰਦੀ ਆਈ ਹਾਂ ਤੇ ਹੁਣ ਤੱਕ ਸੁਲੇਮਾਨੀ ਬਾਰਡਰ ਨਹੀਂ ਟੱਪਿਆ ਸੀ ਮੇਰਾ ਇਮਤਿਹਾਨ ਪੰਚਾਇਤ ਦੇ ਨਾਲ-ਨਾਲ ਪਿੰਡ ਦੀਆਂ ਜਨਾਨੀਆਂ ਨੇ ਵੀ ਲੈਣ ਦੀ ਅਥਾਹ ਕੋਸ਼ਿਸ਼ ਕੀਤੀ ਸਿਆਣੀਆਂ ਤੋਂ ਸਿਆਣੀਆਂ ਜਨਾਨੀਆਂ ਬਹੁਤ ਆਈਆਂ ਮਤਾਂ ਦੇਣ ਭਾਵੇਂ ਘਰ ਦੋਵੇਂ ਡੰਗ ਡੰਡੇ ਪੈਂਦੇ ਹੋਣ ਇਹਨਾਂ ਦੇ ਪਰ ਪਟਰਾਣੀ ਬਣ ਕੇ ਹੋਰਾਂ ਦੇ ਘਰ ਜਾਂਦੀਆਂ ਸਲਾਹਾਂ ਦੇਣ ਸਾਡੇ ਸਕਿਆਂ 'ਚੋਂ ਲੱਗਦੀ ਮੇਰੀ ਚਾਚੀ ਅਮਰੋ ਮੇਰੇ ਕੋਲ ਆ ਬਹਿੰਦੀ ਉਸ ਦੀ ਫਿਤਰਤ ਸੀ ਆਪਣੇ ਪੁਰਾਣੇ ਪ੍ਰੇਮ ਸਬੰਧਾਂ ਬਾਰੇ ਲੰਬੜਾਂ ਦੇ ਮੁੰਡਿਆਂ ਬਾਰੇ ਤੇ ਪਿਛਲੀਆਂ ਘਟਨਾਵਾਂ ਨੂੰ ਵਧਾ ਚੜਾ ਕੇ ਦੱਸਣ ਦੀਆਂ ਗੱਲਾਂ ਸੁਣਾਉਣ ਦੀ ਤੇ ਆਨੇ ਬਹਾਨੇ ਰੰਡੀ ਹੋਣ ਦੇ ਦੁੱਖਾਂ ਬਾਰੇ ਆਪਣਾ ਕੱਚਾ ਚਿੱਠਾ ਖੋਲ ਲੈਂਦੀ ਤੇ ਬੋਲਣੋਂ ਨਾ ਹਟਦੀ ਮੈਂ ਉਸ ਦੀਆਂ ਗੱਲਾਂ ਨੂੰ ਇੱਕ ਕੰਨ ਪਾਉਂਦੀ ਤੇ ਦੂਜੇ ਕੰਨੋਂ ਕੱਢ ਛੱਡਦੀ ਚਾਚੀ ਅਮਰੋ ਦਾ ਇੱਕੋ ਮਕਸਦ ਸੀ ਕਿਰਨਾ ਗੇਜੇ ਦੀ ਵੋਟੀ ਬਣੇ ਮੈਂ ਉਸ ਦਾ ਮਕਸਦ ਪਹਿਲਾਂ ਹੀ ਪਾਪ ਜਾਂਦੀ ਤੇ ਕਹਿ ਦਿੰਦੀ ਸੀ ਚੰਗਾ ਚਾਚੀ ਹੁਣ ਮੱਝਾਂ ਨੂੰ ਪੱਠੇ ਪਾ ਲਈਏ ਇਹਨਾਂ ਕਿਹੜਾ ਬੋਲ ਕੇ ਦੱਸਣਾ ਉਹ ਮਸਾਂ ਜਾ ਕੇ ਘਰੋਂ ਨਿਕਲਦੀ ਇੱਕ ਦਿਨ ਸੀਤੋ ਮੈਂਬਰ ਨੇ ਵੀ ਗੇਜੇ ਤੇ ਵੇਦੇ ਬਾਰੇ ਗੋਣਗਾਨ ਕਰਨੋਂ ਹਟੇ ਨਾ ਜਦੋਂ ਉਸਨੇ ਕਿਹਾ ਭੈਣੇ ਬੰਦਾ ਮੰਗੇ ਆਟਾ ਉਹਨੂੰ ਆਟਿਓ ਵੀ ਘਾਟਾ ਜਨਾਨੀ ਮੰਗੇ ਪੇੜੇ ਉਹਨੂੰ ਦੇਣ ਵਾਲੇ ਵੀ ਬਥੇਰੇ ਉਹ ਕਹਿ ਕੇ ਹਟੀ ਤਾਂ ਮੇਰੀਆਂ ਕੌੜ ਅੱਖਾਂ ਅਤੇ ਮੱਥੇ ਤੇ ਪਈਆਂ ਤੂੜੀਆਂ ਵੇਖ ਕੇ ਉਹ ਨੌ ਦੋ 11 ਹੋ ਗਏ ਉਸਨੇ ਸੋਚਿਆ ਹੋਣਾ ਕਿ ਕਿੱਥੇ ਖਖਰ ਨੂੰ ਹੱਥ ਪਾ ਬੈਠੀ ਕਦੇ ਕਦਾਈ ਮੱਥਾ ਪੱਚੀ ਕਰਨ ਤੋਂ ਬਾਅਦ ਸੋਚਦੀਆਂ ਪੰਚਾਇਤ ਕਹਿੰਦੀ ਤਾਂ ਠੀਕ ਐ ਇਹਨਾਂ ਲੋਕਾਂ ਨੇ ਉਮਰ ਹੰਡਾਈ ਐ ਕੌੜੇ ਮਿੱਠੇ ਤਜਰਬੇ ਬਹੁਤ ਨੇ ਇਹਨਾਂ ਕੋਲ ਟੁੱਟ ਤਾਂ ਪੱਥਰ ਵੀ ਜਾਂਦੇ ਨੇ ਪਰ ਇੰਨਾ ਕਠੋਰ ਬਣ ਕੇ ਗੁਜ਼ਾਰਾ ਨਹੀਂ ਹੋਣਾ ਆਖਰ ਚੋਕਣਾ ਤਾਂ ਪੈਣਾ ਔਰਤ ਨੂੰ ਹੀ ਜੋ ਘਰ ਦੇ ਚੁੱਲ੍ਹੇ ਚੋਂਕੇ ਤੱਕ ਸੀਮਤ ਹੈ ਕਾਲੀਆਂ ਰਾਤਾਂ ਤੋਂ ਡਰ ਲੱਗਦਾ ਹੈ ਉੱਲੂ ਬੋਲਦੇ ਨੇ 10 ਵਿਸਵਿਆਂ ਦੇ ਵੱਡੇ ਘਰ ਵਿੱਚ ਹਾਸਾ ਖੰਭ ਲਾ ਕੇ ਉੱਡ ਗਿਆ ਤੇ ਪਿਛਲੇ 2 ਸਾਲਾਂ 'ਚ ਬਹੁਤ ਟੁੱਟ ਚੁੱਕੀ ਹਾਂ ਫੁੱਲਾਂ ਵਰਗੀ ਜ਼ਿੰਦਗੀ ਮਾਨਣ ਵਾਲੀ ਔਰਤ ਨੂੰ ਇੱਕਦਮ ਆਏ ਤੂਫਾਨ ਨੇ ਖੇਰੂ ਖੇਰੂ ਕਰਕੇ ਕਠੋਰ ਬਣਾ ਦਿੱਤਾ ਅਤੀਤ ਦੇ ਪੰਨੇ ਚੋਂ ਦੇਖਦੀ ਹਾਂ ਤਾਂ ਯਾਦ ਆਉਂਦਾ ਹੈ ਅੱਸੂ ਦਾ ਮਹੀਨਾ ਲਵੀ ਦਾ ਪਾਪਾ ਬਾਸਮਤੀ ਜ਼ੀਰੀ ਲੈ ਕੇ ਬੁੜਲਾਡੇ ਮੰਡੀ ਚੱਲਿਆ ਸੀ ਪਰ ਸਾਰੇ ਜੱਟ ਕਹਿੰਦੇ ਰਤੀਏ ਪਾ ਚੰਗਾ ਬੁੜਲਾਡੇ ਨਾਲ ਉਹ ਰਤੀਏ ਜਾਣ ਨੂੰ ਤਿਆਰ ਹੋ ਗਿਆ ਸਾਨੂੰ ਕਿਸੇ ਆੜਤੀਏ ਦੀ ਝੇਪ ਨਹੀਂ ਸੀ ਆਥਣੇ ਛੇਤੀ ਮੁੰਨ ਦੇ ਵਾਅਦੇ ਕਰਕੇ ਹੀ ਮੈਂ ਹਾਂ ਵਿੱਚ ਉਤਰ ਦਿੱਤਾ ਜਦੋਂ ਰਾਤ ਬਹੁਤ ਲੰਘ ਗਈ ਤਾਂ ਫਿਕਰ ਹੋਣ ਲੱਗਾ ਮੈਨੂੰ ਅਜੀਬ ਕਿਸਮ ਦੀਆਂ ਅਣਹੋਣੀਆਂ ਦਿਖਾਈ ਦੇਣ ਲੱਗੀਆਂ ਆਖਰ ਉਹੀ ਹੋਇਆ ਜੋ ਪ੍ਰਮਾਤਮਾ ਨੂੰ ਮਨਜ਼ੂਰ ਸੀ ਜਿੰਦਰ ਦੀ ਲਹੂ ਲਹਾਨ ਹੋਈ লাশ ਘਰ ਆਈ ਸਿਰਫ ਇੰਨਾ ਹੀ ਪਤਾ ਲੱਗਾ ਟਰੱਕ ਨਾਲ ਟੱਕਰ ਹੋਈ ਹੈ ਰਤੀਏ ਨੇ ਸਭ ਕੁਝ ਰੇਤ ਬਣਾ ਦਿੱਤਾ ਰੋਣਾ ਧੋਣਾ ਚੀਕ ਜਿਹੜਾ ਪਿਆਰਿਆ ਆਪਣਿਆਂ ਕੋਲੋਂ ਝੂਠੇ ਤਰਵਾਸੇ 7-8 ਦਿਨਾਂ ਵਿੱਚ ਹੀ ਸਭ ਅੰਗੀ ਸਾਥੀ ਵਾਪਸ ਮੁੜ ਗਏ ਪੇਕੇਆਂ ਵੱਲੋਂ ਆਏ ਭਰਾ ਨੇ ਵੀ ਖਾਣਾ ਪੂਰਤੀ ਕਰਕੇ ਤੁਰੰਤੀ ਕੀਤੀ ਮੈਨੂੰ ਆਪਣਾ ਸਿਰ ਆਪ ਹੀ ਗੁੰਦਣਾ ਪਿਆ ਲਵੀ ਸੰਗ ਜ਼ਿੰਦਗੀ ਲੰਗਾਉਣ ਦੇ ਯਤਨ ਕਰ ਬੈਠੀ ਜੋ ਹੁਣ ਤੱਕ ਮੋਢੇ ਨਾਲ ਮੋਢਾ ਜੋੜੀ ਖੜਾ ਸੀ ਉਹ ਜਿੰਦਰ ਦਾ ਦੋਸਤ ਪਾਲੀ ਉਸਨੇ ਹਰ ਕੰਮ ਕੀਤਾ ਜਿਹੜਾ ਉਸਦੀ ਬਿੱਤ ਅਨੁਸਾਰ ਸੀ ਉਸਨੇ ਇਹ ਵੀ ਪਤਾ ਕਰ ਲਿਆ ਸੀ ਕਿ ਜਿੰਦਰ ਨੂੰ ਮਾਰਨ ਪਿੱਛੇ ਕਿਹਨਾਂ ਲੋਕਾਂ ਦਾ ਹੱਥ ਹੈ ਕੌੜੀਆਂ ਯਾਦਾਂ ਮਸਾਂ ਹੀ ਭੁੱਲਦੀਆਂ ਨੇ ਜਿਹੜੀਆਂ ਗੁਰਦੇ 'ਚ ਹੋਈ ਪੱਥਰੀ ਵਾਂਗ ਤੰਗ ਕਰਦੀਆਂ ਨੇ ਅਕਸਰ ਇੱਕ ਯਾਦ ਮੈਨੂੰ ਜਿੰਦਰ ਦੀ ਵੀ ਆਉਂਦੀ ਏ ਗੋ ਨਾਲ ਮੈਂ ਫਰੇਮ ਕੀਤੀ ਫੋਟੋ ਜਦ ਕੰਸ ਤੇ ਪਈ ਵੇਖਦੀ ਹਾਂ ਸਰੋਂ ਦੇ ਫੁੱਲਾਂ ਵਿੱਚ ਖੜਾ ਹੱਸੀ ਜਾਂਦਾ ਮਨ ਨੂੰ ਸਮਝਾ ਕੇ ਤੁਰੇ ਫਿਰਦੀ ਹਾਂ ਕਿ ਲਵੀ ਰੁੜ ਜਾਊਗਾ ਮੈਂ ਪਲ-ਪਲ ਟੁੱਟਦੀ ਉਸ ਦੀ ਮੌਤ ਤੋਂ ਬਾਅਦ ਕਿੰਨੇ ਵਾਰ ਆਤਮ ਹੱਤਿਆ ਕਰਨ ਦੀ ਸੋਚਦੀ ਸੋਚਦੀ ਰੁਕ ਜਾਂਦੀ ਸਾਸਤਰੀ ਕਾਲਪਣ ਜੀ ਸਰਪੰਚ ਮਹਿੰਦਰ ਸਿੰਘ ਤੇ 4-5 ਬੰਦੇ ਦਿੱਲੀੋਂ ਅੰਦਰ ਲੰਘਦੇ ਹੋਏ ਬੋਲੇ ਮੈਂ ਫੋਟੋ ਕੰਸਤੇ ਰੱਖ ਕੇ ਉਹਨਾਂ ਕੋਲ ਆ ਖੜੀ ਅੱਜ ਫੇਰ ਇਹ ਪੰਚਾਇਤ ਵੇਦੇ ਨਹੀਂ ਭੇਜੀ ਸੀ ਉਹ ਤਾਂ ਜਿੰਦਰ ਨੂੰ ਆਪਣਾ ਦੁਸ਼ਮਣ ਸਮਝਦਾ ਸੀ ਜਿੰਦਰ ਦੀ ਮੌਤ ਤੋਂ ਬਾਅਦ ਉਸ ਦੀਆਂ ਦਸੇ ਉਂਗਲਾਂ ਕਿਓਚ ਨੇ ਉਸ ਦੇ ਮਰੇ ਸਰੀਰ 'ਚ ਦੁਬਾਰਾ ਜਾਨ ਆ ਗਈ ਰਿਸ਼ਤੇਦਾਰ ਤੇ ਮੇਰੇ ਪੇਕਿਆਂ ਅੱਗੇ ਇੱਕੋ ਰੱਟ ਲਗਾਈ ਰੱਖੀ ਮੈਂ ਤਾਂ ਵੇਖ ਲਓ ਕਿਰਨਾਂ ਨੂੰ ਹਰ ਤਰ੍ਹਾਂ ਅਪਣਾਉਣ ਲਈ ਤਿਆਰ ਹਾਂ ਤੁਸੀਂ ਸਹਿਮਤੀ ਦਿਓ ਬਸ ਪੰਚਾਇਤ ਇਹਦੀ ਹਾਂ ਵਿੱਚ ਹਾਂ ਮਲੋਂਦੀ ਗਈ ਮੇਰਾ ਭਰਾ ਵੀ ਸਹਿਮਤ ਹੋ ਗਿਆ ਉਹ ਵਿਚਾਰਾ ਅਣਪੋਲ ਵੇਦੇ ਨੂੰ ਸਮਝ ਨਹੀਂ ਸਕਿਆ ਮੈਨੂੰ ਕੋਈ ਜ਼ਿਆਦਾ ਸੁਰਤ ਨਹੀਂ ਸੀ ਭੋਗ ਸਮੇ ਮੇਰੀ ਜਾਨ ਸੱਪ ਦੇ ਮੂੰਹ ਕੋੜ ਕੇ ਰਲੀ ਸਮਾਨ ਜਦੋਂ ਘਰ ਨੂੰ ਅੱਗ ਲੱਗੀ ਹੋਵੇ ਤਾਂ ਜਾਗ ਤਾਂ ਆਪਣੇ ਆਪ ਆ ਜਾਂਦੀ ਏ ਮੈਂ ਬੁੜੀਆਂ ਚੋਂ ਉੱਠ ਕੇ ਇੱਕ ਟੁਕ ਸਿੱਧਾ ਜਵਾਬ ਦਿੱਤਾ ਮੈਂ ਆਪਣਾ ਆਪ ਸਾਂਭਣ ਜੋਗੀ ਹੈਗੀ ਆ ਲੋੜ ਨਹੀਂ ਮੈਨੂੰ ਕਿਸੇ ਵੀ ਹਮਾਇਤ ਦੀ ਪੰਚਾਇਤ ਤੇ ਵੇਦਾ ਸੱਪ ਵਾਂਗ ਫੁੰਕਾਰੇ ਮਾਰਦੇ ਡੰਡੀ ਪੈ ਗਏ ਉਹੀ ਕਹੀ ਗਿਆ ਹਰ ਕੋਈ ਜੋ ਜਿਸ ਦੇ ਮੂੰਹ ਚ ਆਇਆ ਸਭ ਕੁਝ ਤਨ ਮੰਨਤੇ ਸਿਆ ਇਹਦਾ ਮੂੰਹ ਖੁੱਲਿਆ ਹੋਇਆ ਇਹ ਤਾਂ ਬਾੜੀ ਨੀਚ ਆ ਇਹਨਾਂ ਦਾ ਸਾਹਮਣਾ ਫੇਰ ਵੀ ਕਰਨਾ ਪੈਣਾ ਸੀ ਮੈਂ ਸੋਚਿਆ ਜੇਕਰ ਲਵੀ ਵੀ ਜਿਉਂਦਾ ਰਹਿੰਦਾ ਤਾਂ ਆਹ ਨੌਬਤੀ ਨਾ ਆਉਂਦੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਮੈਂ ਨਹਾ ਤੋ ਕੇ ਵੇਲੀ ਹੋਈ ਸੀ ਤੇ ਲਵੀ ਦੇ ਸਕੂਲੋਂ ਫੋਨ ਆ ਗਿਆ ਕਿ ਲਵੀ ਪੌੜੀਆਂ 'ਚੋਂ ਡਿੱਗ ਪਿਆ ਫੋਨ ਰੱਖ ਕੇ ਸਕੂਲ ਤੇ ਫੇਰ ਹਸਪਤਾਲ ਨੂੰ ਭੱਜੀ ਭੱਜ ਦੌੜ ਕੀਤੀ ਵਿਅਰਥ ਗਈ ਤੇ ਅਖੀਰ ਲਵੀ ਮੇਰੇ ਹੱਥਾਂ ਵਿੱਚ ਹੀ ਦਮ ਤੋੜ ਗਿਆ ਮਰਿਆ ਲਵੀ ਨਹੀਂ ਸੀ ਸਗੋਂ ਮੇਰੇ ਲਈ ਸਾਰੀ ਦੁਨੀਆ ਜਮਾਂ ਹੀ ਸੁੰਨੀ ਕਰ ਗਿਆ ਮੇਰੇ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਇਧਰ ਵੇਦੇ ਵਿੱਚ ਦੁਬਾਰਾ ਸਾਹ ਪੈ ਗਏ। ਉਸ ਨੂੰ ਪੂਰੀ ਆਸ ਸੀ ਕਿ ਇਸ ਵਾਰੀ ਉਸ ਦਾ ਕੀਤਾ ਹੋਇਆ ਵਾਰ ਖਾਲੀ ਨਹੀਂ ਜਾਵੇਗਾ। ਉਹ ਤਾੜ ਵੀ ਬਣ ਕੇ ਫੇਰ ਆਇਆ। ਬੀਬਾ ਤੇਰੇ ਨਾਲ ਇੱਕ رائے ਕਰਨੀ ਆ। ਹਲੇਮੀ ਨਾਲ ਸਰਪੰਚ ਬੋਲਿਆ। ਹਾਂਜੀ ਤਾਇਆ ਜੀ। ਮੈਂ ਸਿਰ ਨੀਮੀ ਪਾ ਕੇ ਜਵਾਬ ਦਿੱਤਾ। ਦੇਖ ਬੀਬਾ ਅਸੀਂ ਬਹੁਤ ਗੇੜੇ ਮਾਰ ਲਏ। ਲਵੀ ਜਿਉਂਦਾ ਸੀ ਉਦੋਂ ਗੱਲ ਹੋਰ ਸੀ ਹੁਣ ਅਸੀਂ ਦੁਬਾਰਾ ਫਿਰ ਤੇਰੇ ਨਾਲ ਤੇਰੀ ਜ਼ਿੰਦਗੀ ਲਈ ਗੱਲਬਾਤ ਕਰਨ ਆਏ ਆਂ ਬਾਕੀ ਤੇਰੀ ਮਰਜ਼ੀ ਜਿਵੇਂ ਤੈਨੂੰ ਲੋਟ ਲੱਗੇ ਸਾਡਾ ਫਰਜ਼ ਸੀ ਤੈਨੂੰ ਸਮਝਾਉਣਾ ਸਾਰੀ ਪੰਚਾਇਤ ਸਮਝਾਉਂਦੀ ਤੇ ਨਸੀ ਤਾਂ ਦਿੰਦੀ ਰਹੀ ਤੇ ਮੈਂ ਸੁਣਦੀ ਰਹੀ ਅਸੀਂ ਤੈਨੂੰ 2 ਦਿਨ ਦਿੱਤੇ ਤੂੰ ਆਪਣਾ ਮਨ ਬਣਾ ਲੈ ਨਹੀਂ ਫਿਰ ਉਹਨੇ ਆਪਣਾ ਬ੍ਰਹਮਾਸਤਰ ਚਲਾਇਆ ਸੋਚਦਾ ਮੈਂ ਵੀ ਰੱਖਿਆ ਸੀ ਕਿ ਹੁਣ ਮੈਂ ਕਿੱਧਰ ਜਾਣਾ ਸਹਿਜਤਾ ਨਾਲ ਜਵਾਬ ਦੇਂਦੀ ਨੇ ਕਿਹਾ ਠੀਕ ਹੈ ਜੀ ਮੈਂ ਤੁਹਾਨੂੰ ਦੱਸ ਦੇਵਾਂਗੀ ਮੇਰੇ ਮਨ ਚ ਇਹ ਗੱਲ ਚੱਲ ਰਹੀ ਸੀ ਕਿ ਗੇਜੇ ਨਾਲ ਘਰ ਵਸਾਵਾਂ ਜਾਂ ਕਿਸੇ ਹੋਰ ਨਾਲ ਦੋ ਦਿਨਾਂ ਵਿੱਚ ਬਹੁਤ ਵੱਡਾ ਨਿਰਣਾ ਕਰਨਾ ਸੀ ਮੈਂ ਮੈਂ ਉਹਨਾਂ ਦੀਆਂ ਜਾਂਦੀਆਂ ਪਿੱਠਾਂ ਨੂੰ ਤੱਕਦੀ ਰਹੀ ਦਿਮਾਗ شریف ਤੇ ਸੌਪਾਲੀ ਤੇ ਆਣ ਖੜਿਆ ਜਿਸ ਕੋਲ ਸਭ ਕੁਝ ਹੈ ਗਰੀਬ ਹੈ ਪਰ ਦਿਲ ਦਾ ਅਮੀਰ ਵੈਲ ਐਬ ਕੋਈ ਨਹੀਂ ਜਦ ਵੀ ਆਵਾਜ਼ ਮਾਰੀ ਤਾਂ ਛੱਟ ਹਾਜ਼ਰ ਹੋ ਜਾਂਦਾ ਮੈਨੂੰ ਉਸ ਵਿੱਚ ਜਿੰਦਰ ਦਾ ਅਕਸ ਦਿਸਦਾ ਹੈ ਗੇਜੇ ਨਾਲੋਂ ਤਾਂ ਪਾਲੀ ਨੂੰ ਚੜਨਾ ਵੇਤਰ ਲੱਗਿਆ ਮੈਨੂੰ ਅੱਧੀ ਰਾਤ ਦਾ ਸਮਾਂ ਹੋਵੇਗਾ ਮੈਂ ਬੈੱਡ ਤੇ ਕੋਕ ਸੁੱਤੀ ਪਈ ਸਾਂ ਕੁੱਤੇ ਲਗਾਤਾਰ ਭੌਂਕਦੇ ਰਹੇ ਪੈਰ ਚਾਲ ਦੀ ਆਵਾਜ਼ ਗੜੀ ਚ ਸੁਣੀ ਕਿਸੇ ਦੇ ਖਿੜਾਕ ਨਾਲ ਅੱਖ ਖੁੱਲੀ ਮੈਂ ਬੂਹਾ ਖੋਲ ਕੇ ਬਾਹਰ ਤੱਕਿਆ ਚਾਰ ਪੰਜ ਬੰਦੇ ਦਗੜ ਦਗੜ ਕਰਦੇ ਮੇਰੇ ਦਿਵਾਲੇ ਹੋ ਜਾਂਦੇ ਨੇ ਇਸ ਤੋਂ ਪਹਿਲਾਂ ਕਿ ਮੈਂ ਕੁਝ ਕਰਦੀ ਜਾਂ ਬੋਲਦੀ ਉਹਨਾਂ ਵਿੱਚੋਂ ਕੁਝਕ ਮੇਰੀਆਂ ਬਾਹਾਂ ਤੇ ਲੱਤਾਂ ਜ਼ੋਰ ਨਾਲ ਪਕੜ ਕੇ ਫਟਾਫਟ ਮੈਨੂੰ ਤੱਕ ਕੇ ਕਮਰੇ ਚ ਲੈ ਜਾਂਦੇ ਨੇ ਇੱਕ ਬੰਦਾ ਸਰਾਣਾ ਮੇਰੇ ਮੂੰਹ ਤੇ ਰੱਖ ਕੇ ਮਾਰਨ ਦਾ ਯਤਨ ਕਰਦਾ ਏ ਮੈਂ ਪਾਲੀ ਨੂੰ ਆਵਾਜ਼ ਮਾਰਨ ਲਈ ਹੱਥ ਪੈਰ ਮਾਰਦੀ ਹਾਂ ਜਕਦਮ ਲਾਏ ਜ਼ੋਰਕਾਰਨ ਸਰਾਣਾ ਮੂੰਹ ਤੋਂ ਹਟਦਾ ਏ ਤੇ ਸਰਾਣੇ ਵਾਲੇ ਵਿਅਕਤੀ ਦਾ ਮੂੰਹ ਤੇ ਬੰਨਿਆ ਕਪੜਾ ਖੁੱਲ ਜਾਂਦਾ ਹੈ ਉਹ ਉੱਚੀ ਉੱਚੀ ਹੱਸਦਾ ਮੇਰਾ ਗਲਾ ਘੁੱਟਣ ਆਇਆ ਵੇਦਾ ਤੇ ਪੰਚਾਇਤ ਮੈਂਬਰ ਹੀ ਸਨ ਉਹ ਦੁਬਾਰਾ ਗਲਾ ਘੁੱਟਣ ਲਈ ਹੱਥ ਵਧਾਉਂਦੇ ਹਨ ਛੱਡ ਦੇ ਛੱਡ ਦੇ ਕਹਿ ਕੇ ਤਰਲੇ ਮਿੰਤਾ ਕਰਦੀ ਦਾ ਮੇਰਾ ਸਾਹ ਤੇਜ਼ ਹੋਇਆ ਪਿਆ ਸੀ ਤੇ ਬੁੜਕ ਕੇ ਉੱਠਦੀ ਹੋਈ ਦਾ ਸਰੀਰ ਪਸੀਨੋ ਪਸੀਨੀ ਹੋ ਗਿਆ ਸੀ ਟੁੜ-ਟੁੜੀ ਆਈ ਕਿ ਜੇ ਅਜਿਹੇ ਸੁਪਨੇ ਸੱਚ ਹੋ ਗਏ ਤਾਂ ਮੇਰਾ ਕੀ ਬਣੂ ਪੰਚਾਇਤ ਇਹ ਕਹਿ ਕੇ ਚਲੀ ਗਈ ਕਿ ਫੈਸਲਾ ਤੇਰੇ ਹੱਥ ਚ ਹੈ ਤੇ ਮੇਰਾ ਮੁਸੀਬਤ ਚ ਫਸੀ ਦਾ ਦਿਨ ਚੜਦਾ ਤੇ ਛਿਪਦਾ ਉਹ ਦੋ ਦਿਨ ਬਹੁਤ ਔਖੇ ਸੋਚ-ਸੋਚ ਕੇ ਮਸਾ ਗੁਜ਼ਾਰੇ ਮੈਂ ਕੁਸਮਸੇ ਜੇ ਬੈਚੀ ਪੀੜੀ ਢਾ ਕੇ ਬੈਠੀ ਰਹਿੰਦੀ ਚਾਰੇ ਪਾਸੇ ਬੰਦ ਦਰਵਾਜ਼ੇ ਹੀ ਨਜ਼ਰ ਆਉਂਦੇ ਮੈਂ ਰਾਹ ਲੱਭਣਾ ਚਾਹੁੰਦੀ ਸੀ ਜਿਸ ਨਾਲ ਸੱਪ ਵੀ ਮਰ ਜਾਵੇ ਤੇ ਸੋਟਾ ਵੀ ਨਾ ਟੁੱਟੇ ਹੁਣ ਸੁਲੇਮਾਨ ਨੇ ਬਾਦਰ ਟੱਪਣ ਦਾ ਮਨ ਬਣਾਉਣ ਲੱਗਿਆ। ਭੂਆ ਜੋ ਲਵੀ ਦੀ ਮੌਤ ਤੋਂ ਬਾਅਦ ਮੇਰੇ ਕੋਲ ਰਹਿੰਦੀ ਸੀ ਮੈਨੂੰ ਹਲੂਣ ਦੀ ਹੈ। ਕਿਰਨਾ ਇਹ ਬੰਦੇ ਕਿਵੇਂ ਆਏ ਸੀ? ਮੈਂ ਭੂਆ ਨੂੰ ਸਾਰੀ ਰਾਮ ਕਹਾਣੀ ਦੱਸੀ। ਕਿਰਨਾ ਜਿੱਦ ਛੱਡ ਤੇ ਧਿਆਨ ਨਾਲ ਸੁਣ। ਇਹਨਾਂ ਗਿਰਜਾ ਨੇ ਤਾਂ ਹੁਣ ਰੋਜ਼ ਹੀ ਆਇਆ ਕਰਨਾ। ਜਾਂ ਤਾਂ ਕਿਸੇ ਦੇ ਲੜ ਲੱਗ ਜਾ ਜਾਂ ਫਿਰ ਪਿੰਡ ਛੱਡ ਕੇ ਸ਼ਹਿਰ ਵਗ ਜਾ। ਨਾ ਕਿਸੇ ਦੀ ਹੈ ਹੈ। ਤੇ ਨਾ ਕਿਸੇ ਦੀ ਖਹਿ ਖੈ ਆਪਦੀਆਂ ਦੋ ਥੱਪੀਆਂ ਤੇ ਖਾਧੀਆਂ ਪਿੰਡ ਵਾਲਿਆਂ ਨੇ ਤੇਰਾ ਜੀਉਣਾ ਦੁੱਬਰ ਕਰ ਦੇਣਾ ਹੁਣ ਸਭ ਦੀ ਅੱਖ ਤੇਰੇ ਤੇ ਐ ਭੂਆ ਦੀ ਦੋ ਤਾਰੀ ਤਿੱਖੀ ਤਲਵਾਰ ਵਰਗੀ ਗੱਲ ਨੇ ਮੈਨੂੰ ਛਲਣੀ ਕਰ ਦਿੱਤਾ ਸਲਾਹ ਤਾਂ ਭੂਆ ਦੀ ਵੀ ਠੀਕ ਐ ਮੇਰੇ ਲਈ ਹੁਣ ਔਖ ਦੀ ਘੜੀ ਸੀ ਹਾਰਨਾ ਮੈਂ ਸਿੱਖਿਆ ਨਹੀਂ ਸੀ ਜਾਂ ਆਦਤ ਹੀ ਨਹੀਂ ਪਾਈ ਸੀ ਮੈਂ ਅਨੇਕਾਂ ਜਨਾਨੀਆਂ ਦੇਖੀਆਂ ਜਿਹੜੀਆਂ ਆਪਣੀ ਦਹਾਜੂ ਜ਼ਿੰਦਗੀ 'ਚ ਨਰਕ ਵਰਗੀ ਜ਼ਿੰਦਗੀ ਭੋਗਦੀਆਂ ਆ ਰਹੀਆਂ ਹਨ ਇਸ ਕਰਕੇ ਮੈਂ ਦੂਜੇ ਵਿਆਹ ਤੋਂ ਕਰਨੀ ਕਤਰੌਂਦੀ ਤੇ ਪਾਲੀ ਬਾਰੇ ਵੀ ਸੋਚਦੀਆਂ ਕਿ ਪਾਲੀ ਅਤੇ ਪਾਲੀ ਦਾ ਸਾਰਾ ਪਰਿਵਾਰ ਵੀ ਸਹਿਮਤ ਹੋਵੇਗਾ ਮੈਂ ਇਹ ਸਮਝੌਤਾ ਪਾਲੀ ਨਾਲ ਕਰਨਾ ਪਸੰਦ ਕਰਾਂਗੀ ਭੂਆ ਹਫੋਦਫੀ ਹੋਈ ਬਾਹਰੋਂ ਆਉਂਦੀ ਏ ਤੇ ਕਹਿੰਦੀ ਏ ਨਹੀਂ ਕਰਨਾ ਵੇਦੇ ਤੇ ਗੇਜੇ ਨੂੰ ਤਰਨ ਤਰਨ ਵਾਲੀ ਪੁਲਿਸ ਚੌਕੇ ਲੈ ਚੱਲੀ ਆ ਨਜਾਇਜ਼ ਸਮਾਨ ਫੜਿਆ ਉਹਨਾਂ ਕੋਲੋਂ ਭਾਵੇਂ ਆਪ ਚੱਲ ਕੇ ਦੇਖ ਲੈ ਬਾਹਰ ਅੱਧਾ ਪਿੰਡ ਇਕੱਠਾ ਹੋਇਆ ਪਿਆ ਮੈਂ ਪੀੜੀ ਤੋਂ ਉੱਠਦੀ ਨੇ ਮਾਂ ਦੇ ਕਹੇ ਬੋਲ ਯਾਦ ਕੀਤੇ ਕਿਰਨਾ ਦੀਵਾ ਜਦੋਂ ਬੁਝਣ ਤੇ ਆਇਆ ਹੋਵੇ ਤਾਂ ਆਖਰੀ ਵਾਰ ਲੋ ਜ਼ਰੂਰ ਉੱਚੀ ਕਰਦਾ ਏ ਹੁਣ ਮੈਂ ਪੰਚਾਇਤ ਵਾਲੇ ਚੌਥੇ ਪੱਪੇ ਦੀ ਤਲਾਸ਼ 'ਚ ਬੰਦ ਪਿਆ ਦਰਵਾਜ਼ਾ ਖੋਲਣ ਲਈ ਪੁਲਾੰਗ ਪੁੱਟਦੀ ਹਾਂ ਸ਼ੁਕਰੀਆ ਦੋਸਤੋ